ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਨੂੰ। ਕੱਲ ਆਪਾਂ ਮਿਊਜ਼ਿਕ ਸਿਸਟਮ ਦਾ ਸਮਾਨ ਫੜਾਇਆ ਸੀ ਤੇ ਅੱਜ ਦੇਖੋ ਤੁਸੀਂ, ਕੱਲ ਆਪਾਂ ਟਰਬੋ ਦਾ ਆਰਡਰ ਦਿਆ ਸੀ, ਅੱਜ ਆਪਣੇ ਕੋਲ ਟਰਬੋ ਪਹੁੰਚ ਗਈ ਤੇ ਲੁਧਿਆਣੇ ਫੜ ਕੇ ਲਿਆਉਣੀ ਹੈਗੀ। ਆਹ ਛੋਟੀ ਟਰਬੋ ਹੈ ਨਾ, ਤੇ ਦੇਖਿਓ ਹੁਣ ਫਿਰ ਟਰਬੋ ਕਿੱਡੀ ਲੱਗਦੀ ਹੈ ਤੇ ਹੁਣ ਬਹੁਤ ਵੱਖਰਾ ਹੀ ਹੈ ਜੀ ਗਾਰਡਮੈਂਟ। ਉਹ ਆਹ ਸਾਰਾ ਕੁਛ ਲੈ ਜਾਣਾ, ਉਹਦੇ ਤਾਂ ਦੂਜਾ ਕਲੈਂਪ ਹੁੰਦਾ, ਮਤਲਬ ਸਿੱਧਾ ਨਟਾਂ ਵਾਲਾ ਹੁੰਦਾ ਗਾ, ਅਤੇ ਉਰੇ ਪੈ ਪਤਲਾ ਪੈ ਕੇ ਅਤੇ ਉਹ ਸੀਟੀ ਵਾਲਾ ਜਗਾੜ ਵੀ ਤਿਆਰ ਹੋ ਜੂ, ਅਤੇ ਆਪਾਂ ਲਿਆਉਂਦੇ ਟਰਬੋ ਫੜ ਕੇ ਲੁਧਿਆਣੇ। ਗੱਡੀ ਲੈ ਕੇ ਆਇਆ ਸੀਗਾ ਮੈਂ, ਗੱਡੀ ਤਾਂ ਲਿਆ ਮੈਂ ਕਿਹਾ ਲੁਧਿਆਣੇ ਜਾਣਾ ਗਾ। ਅਤੇ ਬਾਕੀ ਅੱਜ ਆਪਣੀ ਯੂ ਵੀ ਬਹੁਤ ਦਿਨ ਹੋ ਗਏ, ਅੱਜ ਪੱਕਾ ਫਿੱਟ ਕਰ ਦੇਣੀ ਬਾਈ ਕਹਿੰਦਾ ਠੀਕ ਆ, ਅਤੇ ਅੱਜ ਦਿਨ ਤੱਕ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ। ਅਤੇ ਬਾਕੀ ਚਲੋ ਉਹ ਜੀ, ਅਤੇ ਟਰਬੋ ਆਪਣੇ ਜਿਹੜੇ ਪਹੁੰਚ ਚੁੱਕੀ ਆ, ਆਪਾਂ ਖੜੇ ਹਾਂਗੇ ਕਿੱਥੇ, ਸ਼ੇਰਪੁਰ ਚੌਂਕ, ਸ਼ੇਰਪੁਰ ਦਾ ਠੀਕ ਹੈ। ਅਤੇ ਖੁੱਲ੍ਹ ਕੇ ਚੈੱਕ ਕਰ ਲਈਏ, ਬਾਕੀ ਕਿਆ ਬਾਤ ਹੈ, ਅਨਬੋਕਸਿੰਗ ਇੰਨੀ ਅੱਗ ਕਿਉਂ ਲਾਈ ਹੈ। ਅਤੇ ਬਾਕੀ ਟਰਬੋ ਦਿੱਤੀ ਆਪਾਂ ਨੂੰ ਸਰਦਾਰ ਟਰਬੋ ਬਾਈ ਸੋਨੀਪਤ ਤੋਂ, ਅਤੇ ਹਲੇ ਮੈਂ ਨੰਬਰ ਮੈਂਸ਼ਨ ਕਰ ਦੂੰ ਬਾਈ ਦਾ, ਜੇ ਤੁਸੀਂ ਵੀ ਲੈਣੀ ਹੋਈ ਤਾਂ ਲੈ ਲਿਓ ਹੈ ਨਾ। ਅਤੇ ਬਾਕੀ ਦੇਖੋ ਕਿਆ ਬਾਤ ਹੈ, ਹੁਣ ਕਰਦੇ ਇਹਨੂੰ ਅੱਜ ਜਾ ਕੇ ਫਿੱਟ, ਨਵੀਂ ਹੈ ਨਾ, ਨਵੀਂ ਟਰਬੋ ਜਮਾ। ਲਓ ਜੀ ਤਾਂ ਚੈੱਕ ਕਰੋ ਤੁਸੀਂ ਟਰਬੋ, ਇਹ ਬਿਲਕੁਲ ਨਵੀਂ ਨਹੀਂ ਹੈਗੀ, ਤੇ ਟਰਬੋ ਕੰਮ ਸਾਰਾ ਨਵੇਂ ਵਾਲਾ, ਹਾਂ ਮਿਸਤਰੀ ਨੇ ਵੀ ਚੈੱਕ ਕਰ ਲਈ, ਬਾਕੀ ਵਿੱਚੋਂ ਸਾਰੀ ਨਵੀਂ ਆ, ਤੇ ਕਰ ਲਿਓ ਹਾਂ ਕੰਮ। ਕਹਿੰਦੇ ਸੱਪ ਬਾਈ ਨੇ ਹੋਰ ਹੀ ਕੱਢੇ ਹੋਏ, ਕਹਿੰਦੇ ਨਵੇਂ ਤੋਂ ਵੱਧ ਕੰਮ ਕਰੂਗੀ ਇਹ। ਬਾਕੀ ਆ ਚੋਕ ਦਾ ਆਪਣਾ ਕੋਈ ਕੰਮ ਤਾਂ ਨਹੀਂ ਹੈਗਾ, ਚੋਕ ਦਾ ਆਪਾਂ ਨੂੰ ਕੋਈ ਕੰਮ ਨਹੀਂ, ਚੋਕ ਆਪਾਂ ਲਾ ਦਾਂਗੇ। ਨਹੀਂ ਚੋਕ ਹੁੰਦੀ ਕਾਹਦੀ ਖਤਰਾ ਹੈ, ਚੋਕ ਯਾਰ ਇਹ ਜਿਵੇਂ ਮੰਨ ਕੇ ਚਲੋ ਜ਼ਿਆਦਾ ਓਵਰ ਰੇਸ ਕਰਕੇ ਹੁੰਦੀ ਹੈ, ਜ਼ਿਆਦਾ ਓਵਰ ਰੇਸ ਫਿਰ ਹੁਣ ਘੂੰ ਜਾਂ ਕਰੂਗੀ, ਘੂੰ ਘੂੰ ਬਸ ਘੂੰ ਚਾਹੀਦਾ ਉਹਨੂੰ, ਘੂੰ ਨਹੀਂ ਰੇਸ ਛੱਡੇ ਤੇ ਫਰਕ ਇਹਨੇ ਕਰਾਮਾ ਤਕੜੀ ਕੀਤੀ ਹੋਈ ਆ, ਇਹ ਦੱਸਣੀ ਤਾਂ ਹੈ ਨਹੀਂ ਵੀ ਕੀਤੀ ਕੀ ਆ, ਟਰਬੋ ਤਾਂ ਹਲੇ ਲੱਗਣਾ ਬਾਕੀ। ਓਏ ਨੂਰ ਕਦੋਂ ਲੱਗੂ ਟਰਬੋ ਤੇਰੀ, ਅਸੀਂ ਦੇਖਣ ਨੂੰ ਬੈਠੇ ਆ ਭਰਾਵਾ, ਨੋ ਵਰਡਸ ਨੋ ਕਮੈਂਟਸ। ਹਾਂਜੀ ਵੀਰੇ ਕੱਲ ਨੂੰ ਫਿੱਟ ਹੋ ਜੂਗੀ, ਹੋ ਜੂਗੀ ਜੀ, ਹਾਂਜੀ ਵੀਰੇ ਠੀਕ ਆ, ਯਾਨੀ ਇਹ ਵਲੌਗ ਆਉਣ ਤੋਂ ਪਹਿਲਾਂ ਫਿੱਟ ਹੋ ਜੂ, ਵਲੌਗ ਮੇਰਾ ਪਰਸੋਂ ਉੱਥੇ ਆਉਣਾ ਹੈ। ਹਾਂਜੀ ਇਹ ਵੀਰੇ ਪਰਸੋਂ ਤੱਕ ਫਿੱਟ ਹੋ ਜਾਣੀ ਆ, ਤੇ ਆਪਾਂ ਤੁਹਾਨੂੰ ਦਿਖਾ ਦਾਂਗੇ ਆਪਣੇ ਚੈਨਲ ਤੇ, ਨੂਰ ਵਾਲੇ ਚੈਨਲ ਤੇ ਹੁਣ ਪਹਿਲਾਂ ਦੇਖ ਜਾਣੀ ਆ, ਆਪਣਾ ਤਾਂ ਪੈਣੀ ਆ ਇਹਦੇ ਸਿਰ ਤੀ ਆ। ਬਾਕੀ ਜਿਹੜੀ ਸੀਟੀ ਆ ਨਾ ਕਿਵੇਂ ਹੁੰਦੀ ਆ, ਹਾਂ ਜਿਹੜੀ ਸੀਟੀ ਆ ਨਾ ਇਹ ਕਿਸੇ ਹੋਰ ਟਾਈਟਰ ਚ ਨਹੀਂ, ਜਿਹੜੀ ਹਾਲੈਂਡ ਚ ਆ, ਕਿਵੇਂ ਹੁੰਦੀ ਆ ਆਪਾਂ ਚਾਹੁੰਦੇ ਸੀ ਵੀ ਲਾ ਦੇਣੀ, ਕਿਵੇਂ ਹੁੰਦੀ ਆ ਸੀਟੀ। ਲਓ ਮਿੱਤਰੋ ਤੁਸੀਂ ਗੱਲਾਂ ਕਰਦੇ ਕਰਦੇ ਹਰਸ ਜਗਰਾਉਂ ਨੂੰ ਮਿਲਣ ਲੱਗ ਗਏ, ਤੇ ਇੱਥੇ ਲਵੀ ਸੀਗਾ ਆਪਣਾ ਮੁੱਲਾਪੁਰ ਦੇ ਨਾਲ ਹੀ ਹੈਗਾ ਜਗਰਾਉਂ ਜੋਧਾਂ ਦੇ, ਤੇ ਨਾਲ ਹੀ ਆ ਗਿਆ ਸੀ ਤੁਹਾਨੂੰ ਇੱਥੋਂ ਸਿਰਫ 20-25 ਮਿੰਟ ਲੱਗਿਆ, ਹਾਂ ਵੱਡਾ ਰੋਡ ਆ ਤਾਂ ਕਰਕੇ 20-25 ਮਿੰਟ ਲੱਗਿਆ, ਅਤੇ ਬਾਕੀ ਤੁਹਾਨੂੰ ਮਿਲਾਉਂਦੇ ਹਾਂ ਹਰਸ ਜਗਰਾਉਂ ਨੂੰ। ਮੁੰਡਾ ਕਹਿੰਦਾ ਰਹਿੰਦਾ, ਕਹਿੰਦਾ ਮਾਰਦਾ ਨਹੀਂ ਤੂੰ ਕਿਹੜਾ, ਮੈਂ ਕਿਹਾ ਚੱਲ ਠੀਕ ਆ ਅੱਜ ਵਿਹਲੀ ਸੀਗੇ ਸੀਗੇ ਚੱਲੀਏ। ਲਓ ਜੀ ਪਹੁੰਚ ਗਏ, ਆ ਪਲੀਨੋ ਕਿਹਦੀ ਖੜੀ ਹੈ, ਇਹਦਾ ਆਪਾਂ ਉਹ ਦਿਖਾ ਰਹੇ ਹਾਂ ਪਿੱਛੇ ਵਾਲਾ ਕਿਹੜੀ ਕਿਹੜੀ ਹਰਕਤਾਂ ਕਰਦਾ ਵਾ, ਬਿਹਾਈਂਡ ਦਾ ਸੀਨਸ। ਹਰਸ਼ ਬਾਈ ਇਹਦਾ ਕੋਈ ਪਤਾ ਲੱਗਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਨਹੀਂ ਪਤਾ ਲੱਗਦਾ ਯਾਰ, ਜੋੜੀ ਵਾਲੀ ਹੁੱਡੀ ਪਾਲੀ ਹੋਈ ਆ ਉਹਦੇ ਮੋਢੇ ਤੇ, ਹੈਰ ਨੂੰ ਵੀ ਵਾਹਿਆ ਹੋਇਆ ਸਪੈਸ਼ਲ ਬਣਵਾਇਆ ਇਹਦੇ, ਮੈਨੂੰ ਲੱਗਦਾ ਜਦੋਂ ਇਹ ਪੱਟ ਤੇ ਬੋਰ ਨਹੀਂ ਪਵਾਈ ਇਹਦੇ ਮੋਢੇ ਤੇ, ਹੈਰ ਦਾ ਬੋਰ ਓਕੇ ਨਖਰੇ ਜੇ ਕਰੀ ਗਈ ਜਾਂਦਾ ਇਹ, ਹਰੇਕ ਬੰਦੇ ਨੂੰ ਝੂਠ, ਹਰੇਕ ਬੰਦੇ ਨੂੰ ਝੂਠ, ਅਸੀਂ ਇੰਨਾ ਟਾਈਮ ਅੰਦਰ ਬੈਠੇ ਰਹੇ, ਹਨੇਰਾ ਵੀ ਹੋ ਗਿਆ ਪਰ ਮਿਲਾਉਣਾ ਭੁੱਲ ਗਏ,
ਕੈਮਰਾ ਯਾਰ ਉਹ ਮੈਂ ਵਲੌਗ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਕੈਮਰਾ ਹੋਵੇ ਸਾਨੂੰ ਖੜੇ ਆ ਤੁਸੀਂ ਕਾਦੇ ਵਲੌਗਰ ਕੱਟੇ ਹੋਗੇ ਮੈਂ ਇਹ ਕਹਿ ਰਿਹਾ ਕੋਈ ਨਾ ਚੱਲਦੇ ਆ ਸੈਂਟਰ ਚਲੋ ਬੰਦੇ ਆ ਠੀਕ ਆ ਓਏ ਇਹਦੀ ਲਾਈ ਯਾਰ ਪਵਾ ਦਾਂਗੇ ਤੂੰ ਪਿੱਛੇ ਦਾ ਬੈਠ ਹਜੇ ਤੈਨੂੰ ਕੁਝ ਹੋਰ ਚੀਜ਼ ਦਿਖਾਉਣੇ ਆ ਤੈਨੂੰ ਪਤਾ ਲੱਗੂਗਾ ਹੈ ਕੀ ਇਹ ਹੈ ਕੀ ਇਹਦੇ ਵਿੱਚ ਕੀ ਹੈਗਾ ਤੇਰੀ ਜੀ ਓਏ ਆ ਕੀ ਆ ਬਸੀ ਲੈ ਜਾਂਦੇ ਆ ਤੈਨੂੰ ਤੁਹਾਨੂੰ ਆਪਣੇ ਛੋਟੇ ਸਬਸਕ੍ਰਾਈਬਰ ਨਾਲ ਮਿਲਾਉਣੇ ਆ ਕੀ ਹਾਲ ਨੇ रिमोट दिता होना गाने बंद करो भरा कॉपीराइट आ जाना बाकी करो चल अपने तो खड़ाती अपना ਅਸੀਂ ਸਾਰੇ ਪਹੁੰਚ ਗਏ ਟਾਈਟ ਚੋਬਰ ਲਵੇ ਤੇ ਮਗਰ ਹਟ ਕਾਸਤੇ ਆਹ ਹਾ ਹਾ ਹੁਣ ਥੋੜੇ ਲੱਗ ਗਿਆ ਵੀ ਕੰਮ ਹੋ ਰਿਹਾ ਬਾਕੀ ਆਹ ਫਿੱਟ ਕਰਨ ਲੱਗੇ ਸੀਗੇ ਯੂ ਤੇ ਇਹ ਫਿੱਟ ਹੋ ਜਾਵੇ ਫਿਰ ਥੋੜੀ ਲੁੱਕ ਆ ਜੂਗੀ ਪੁਰਾਣੀ ਤੇ ਉਸ ਤੋਂ ਬਾਅਦ ਫਿਰ ਆਪਣੀ ਟਰਬੋ ਅੱਜ ਫਿੱਟ ਹੋ ਜਾਣੀ ਆ ਰਾਤ ਨੂੰ ਅੱਜ ਚੈੱਕ ਕਰ ਲਾਂਗੇ ਆਪਾਂ ਠੀਕ ਆ ਇਹ ਤੁਹਾਨੂੰ ਦਿਖਾ ਦਾਂਗੇ ਨਾਲ ਦੀ ਨਾਲ ਬਾਕੀ ਆਹ ਦੇਖੋ ਪਲੇਟਾਂ ਵਿੱਚ ਧਰਤੀਆਂ ਤੇ ਉੱਤੇ ਯੂ ਫਿੱਟ ਹੋਣਾ ਕੀ ਮਗਰ ਦੇਖ ਲਓ लो जी फोटो शूट चल रहा है ओके जी सड़क के विचाले खड़ा के तुम फोटो शूट कर रहे हो यार कुछ चंगी गलां ने चोबर चोबर कहने लाइटा तो ला लेने लाइटा तो ला लेने हर दा लो जी आप हर्ष नूं साइकल दबाउण आ गए सीगे केड़ा लैना फिर मैं ते चार टायर वाला चार टायर वाला मेरे चार टायर वाला साइकल हैगा ना ना ओ तीन वाला हैगा लेना दस ओदी नहीं यार तीन वाला तीन वाला भार ज्यादा सहना नहीं है ना सही गल तेरे लिए तीन टायर वाला साइकिल बुक करा था परसों तक आजूगा स्टॉपी मार स्टॉपी आप ही बना मैम नहीं भेजनी है चल एडिंग तू डेट करके लाली बच्चे बाय कहते हैं इन वैसे कोई टेंशन नहीं है ट्रैक्टर लगे बंदा लो मित्रों यू रेडी हो गया अपना देखो सपोटा सपूटा ते थले आ प्लेट लग गई मगराटा के विचाले जी कसी जानी आ ਬਾਈ ਕਹਿੰਦਾ ਇੱਕ ਚੀਜ਼ ਹੋਰ ਰਹੀ ਕਿਹੜੀ ਰਹੀ ਤੂੰ ਦੱਸ ਕੀ ਗੱਲ ਕਿਹੜੀ ਰਹੀ ਟੈਂਕੀ ਜਿਹੜੀ ਮਗਰ ਲੱਗਣੀ ਆ ਓਏ ਹਾਂ ਉਹ ਸਪੋਟਾਂ ਰਹਿ ਗਈਆਂ ਬਸ ਬਾਕੀ ਹੋ ਗਿਆ ਡਨ ਲਓ ਜੀ ਕਰੋ ਚੈੱਕ ਰਾਤ ਇੰਨਾ ਕੰਮ ਨਿਬੜ ਗਿਆ ਸੀ ਬਾਕੀ ਹੁਣ ਵੀ ਮਿਸਤਰੀ ਨੇ ਸੁਬਾਹ ਅੱਜ ਆ ਟੈਂਕੀ ਵਾਲੇ ਲਾਤੇ ਟੈਂਕੀ ਇਹਦੇ ਨਾਲ ਲੱਗੂਗੀ ਆਪਣੀ ਜਿਵੇਂ ਓਰੀਜਨਲ ਆਰ ਓ ਪੀ ਐਸ ਹੁੰਦਾ ਗਾ ਉੱਦਾਂ ਤਿਆਰ ਕਰਤਾ ਆਪਾਂ ਦੇਖੋ ਆਹ ਸਪੋਰਟ ਦੇ ਤੀ ਇਹਨੂੰ ਥੱਲੇ ਪਲੇਟ ਲੱਗ ਗਈ ਅਤੇ ਬਹੁਤ ਹੈਵੀ ਹੋ ਗਿਆ ਹੁਣ ਇਹ ਹੋ ਗਿਆ ਉਹ ਘੱਟ ਤੋਂ ਘੱਟ ਮਿਸਤਰੀ ਪਹਿਲਾਂ ਇਹ ਸੀਗਾ ਪਹਿਲਾਂ 50 ਕਿਲੋ ਦਾ ਸੀਗਾ ਇਹ ਯੂ ਹੈ ਨਾ ਬਸ 70-80 ਕਿਲੋ ਦਾ ਦੇਖੋ ਅਤੇ ਬਾਕੀ ਇਹਦੇ ਉੱਤੇ ਰੱਖਿਆ ਜਾਣਾ ਗਾ ਉੱਪਰ ਦੀ ਮਗਰਾੜ ਕਸੇ ਜਾਣੇ ਆ ਜੀ ਇਹਦੇ ਟੈਂਕੀ ਵੀ ਹੁਣ ਤੱਕ ਬੇਚਾਰੀ ਖੋਲ੍ਹ ਕੇ ਸਾਈਡ 'ਤੇ ਰੱਖੀ ਪਈ ਆ ਹੁਣ ਤਾਂ ਵੈਸੇ ਦੁਆ ਪੇਂਟ ਹੀ ਰਹਿ ਗਿਆ ਹੈ ਨਾ ਜੀ ਇੱਥੇ ਵੀ ਬਿਲਡਿੰਗ ਭਰਨੀ ਹੈ ਇਹਦੇ 'ਚ ਠੀਕ ਜੱਗੇ ਡਾਕੂ ਨਾਲ ਮਿਲਦੀ ਆ ਰਾਸ਼ੀ ਮਿੱਤਰਾ ਚਲੋ ਬਈ ਖਿੱਚ ਦਿਓ ਕੰਮ ਜਰਾ ਅਤੇ ਬਾਕੀ ਉਸ ਦਿਨ ਵੀ ਮੈਂ ਦਿਖਾਇਆ ਸੀ ਹੋਲੈਂਡ ਇਹਦੇ ਲੱਗੀ ਆ ਸ਼ਾਇਰ ਦਾ ਟਰਬੋ 53 ਨੰਬਰ ਅਤੇ ਇਹਦੇ ਜੀ ਐੱਸ ਤੋਂ ਲੱਗੀ ਆ ਟਰਬੋ ਠੀਕ ਆ ਫਿਟਮੈਂਟ ਦਿਖਾਵਾਂ ਇੱਕ ਮਿੰਟ ਖੋਲ੍ਹ ਕੇ ਦਿਖਾ ਦਿੰਦਾ ਚੱਕੋ
ਫਿਟਿੰਗ ਦੇਖੋ ਤੁਸੀਂ, ਚੀਲੇ ਪੈਪ ਆ ਸਾਰੇ ਹਨਾ, ਤੇ ਇੰਟਰਕੂਲਰ ਵੀ ਲੱਗਿਆ ਹੋਇਆ ਇਹਦੇ। ਕਰੋ ਚੈੱਕ ਗੱਲਬਾਤ, 36-30 ਸੀਟੀ ਕਹਿੰਦੇ ਮੇਰੇ ਵੀਰੇ, ਉਹ ਘੈਂਟ ਮਾਰਦਾ ਪੂਰੀ। ਤੇ ਪੈਰਦਾਨੇ ਤੇ ਖੋਲੇ ਹੋਏ ਆ, ਇਹਦੇ ਪੈਰਦਾਨ ਨਵੇਂ ਲੱਗਣੇ ਆ ਵੱਡੇ। ਬਾਕੀ ਬਾਈ ਨੇ ਦੇਖੋ ਸਿਸਟਮ ਦੋ ਵਾਲਾ ਹੀ ਰਖਾਇਆ ਹੋਇਆ, ਸ਼ਾਇਦ 18 ਇੰਚੀ ਨੇਗੇ। ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਨੇ ਲੱਗਦੇ ਆ। ਮਿਸਤਰੀ ਉੱਧਰ ਰੰਗ ਮਾਰਨ ਲੱਗਿਆ ਯੂ ਨੂੰ, ਤੇ ਬਾਕੀ ਆਪਣਾ ਇੱਧਰ ਦੇਖੋ ਤੁਸੀਂ, ਟਰਬੋ ਖੁੱਲੀ ਜਾਂਦੀ ਹੈਗੀ। ਖੋਲ ਦੋ ਮਿੱਤਰੋ, ਤਿੰਨ ਬੰਦੇ ਲੱਗੇ ਹੋਏ ਨੇ, ਖੁੱਲਿਆ ਹਜੇ ਤੱਕ ਕੱਖ ਨਹੀਂ ਹੈਗਾ। ਕਿਉਂ ਨਹੀਂ ਖੁੱਲਿਆ? ਇੱਕ ਨਟ ਖੋਲਿਆ ਸਰ। ਚਲੋ ਕੋਈ ਨਾ, ਖੋਲ ਦਿਆਂਗੇ ਸਾਰੇ ਜਾਣੇ। ਜਮੀ ਨਟ ਖੋਲਤਾ ਭਰਾ ਵਾ, ਦੇਸੀ ਮਿਸਤਰੀ। ਲਓ ਜੀ ਆਹ ਤਾਂ ਖੋਲਤਾ ਪੈਪ ਜਾ, ਤੇ ਬਾਕੀ ਬੈਂਡ ਵੀ ਖੋਲ ਦਿੰਦੇ ਹਾਂ, ਤੇ ਟਰਬੋ ਵੀ, ਬਸ ਦੋ ਘੰਟ ਰਹਿ ਗਏ। ਖੋਲ ਕੇ ਕਰਾਂ ਫਿਰ ਦੂਜੀ, ਉਹ ਤਾਂ ਬਾਈ ਫਿੱਟ ਕਰੂ, ਅਸੀਂ ਤਾਂ ਖੋਲਣ ਵਾਲੀ ਹਾਂ। ਅਸੀਂ ਆਹ ਪੈਪ ਆ, ਇਹ ਬਾਈ ਕਹਿੰਦਾ ਸੀ ਸ਼ਾਇਦ ਮੋਟੀ ਪਾਉਣੀ ਪਊਗੀ, ਬਾਕੀ ਚਲੋ ਦੇਖ ਲਾਂਗੇ ਟਾਈਮ 'ਤੇ ਕੀ ਕਰਨਾ ਪੈਣਾ। ਲਓ ਜੀ ਦੇਖੋ ਤੁਸੀਂ, ਆਹ ਟਰਬੋ ਆਪਣੀ ਪੁਰਾਣੀ ਜਿਹੜੀ ਓਰਿਜਨਲ ਸੀਗੀ, ਅਤੇ ਆਹ ਹੁਣ ਆਪਾਂ ਨਵੀਂ ਲਾਉਣੀ ਜਿਹੜੀ, ਅਤੇ ਆਹ ਚੌਕ ਬੰਦ ਕਰਤੀ ਆਪਾਂ, ਠੀਕ ਹੈ। ਦੇਖੋ ਹੋਲ ਸੈੱਟ ਦੀ ਆ, ਹੋਲ ਸੈੱਟ ਦੀ। ਲਓ ਜੀ ਅਸੀਂ ਰੋਟੀ ਖਾਣ ਚੱਲੇ ਗਏ ਸੀ, ਮੈਂ ਅਤੇ ਚਰਨ, ਅਤੇ ਰੋਟੀ ਖਾ ਕੇ ਅਤੇ ਹੁਣ ਮਿਸਤਰੀ ਲਵੇ ਦੁਬਾਰੇ ਚੱਲੇ ਸੀਗੇ, ਅਤੇ ਅਸੀਂ ਉੱਥੇ ਬੈਠੇ ਰਹੇ ਰੋਟੀ ਖਾਣ ਘੰਟਾ ਕੁ, ਅਤੇ ਹੁਣ ਦੇਖਦੇ ਹਾਂ। ਮਿਸਤਰੀ ਕਹਿੰਦਾ ਸੀ ਜਦੋਂ ਤਾਂ ਫਿੱਟ ਕਰਨ ਲੱਗਿਆ ਹੋਇਆ ਸੀਗਾ, ਹੁਣ ਕਹਿੰਦਾ ਫਿੱਟ ਹੋ ਗਈ, ਮੈਨੂੰ ਫੋਨ 'ਤੇ ਆਵਾਜ਼ ਸੁਣਾਈ ਜਾਵੇ ਮਿਸਤਰੀ ਨਾ ਸਟਾਰਟ ਕਰਕੇ, ਅਤੇ ਕਹਿੰਦਾ ਮੈਂ ਤਾਂ ਜਦੀ ਭੱਜ ਆਇਆ, ਥੋੜ੍ਹਾ ਜਿਹਾ ਖਾਣ ਪੀਣ ਵਿੱਚ ਹੀ ਛੱਡਿਆ। ਹੁਣ ਤੁਸੀਂ ਪਹੁੰਚ ਗਏ ਮਿਸਤਰੀ ਕੋਲੇ, ਟਰਬੋ ਫਿੱਟ ਹੋ ਗਈ, ਦੇਖੋ ਕਿਆ ਬਾਤ ਹੈ। ਕਰੋ ਚੈੱਕ ਫਿਟਿੰਗ, ਅਤੇ ਮਿਸਤਰੀ ਕਹਿੰਦਾ ਚਲਾ ਕੇ ਚੈੱਕ ਕਰ ਲਈ ਸੀਗੀ, ਪੈਪ ਪੂਪਾਂ ਪਾਤੀਆਂ, ਜਿਹੜੀ ਥੱਲੇ ਵਾਲੀ ਪੈਪ ਸੀ ਉਹ ਸਪੈਸ਼ਲ ਤਿਆਰ ਕਰੀ ਆ, ਅਤੇ ਬਾਕੀ ਕਰੋ ਚੈੱਕ। ਸਟਾਰਟ ਕਰਕੇ ਦਿਖਾਈ ਤੁਹਾਨੂੰ ਟਰੈਕਟਰ, ਪੈਪ ਲੱਗਣੀ ਆ ਜੇ, ਤਾਂ ਕਰਕੇ ਥੋੜ੍ਹੀ ਜਿਹੜੀ ਪਿੱਛੋਂ ਆਵਾਜ਼ ਆਉਂਦੀ ਆ ਡਿਸਟਰਬੈਂਸ, ਆਹ ਵਾਲੀ ਪੈਪ ਏਅਰ ਫਿਲਟਰ ਵਾਲੀ ਲਾਉਣੀ ਆ ਜੀ, ਉਹ ਲਾ ਦਈਏ। ਅਤੇ ਬਾਕੀ ਆਪਣੇ ਸਬਸਕ੍ਰਾਈਬਰ ਕਹਿੰਦੇ ਕੱਲ੍ਹ ਨੂੰ ਵਲੋਗ 'ਚ ਆ ਜਾਓ, ਕੱਲ੍ਹ ਨੂੰ ਵਲੋਗ 'ਚ, ਠੀਕ ਆ, ਓਕੇ ਆ। ਅਤੇ ਬਾਕੀ ਕੀ ਕੋਈ ਕਹਿਣਾ ਹੋਵੇ ਵਲੋਗ 'ਚ? ਕੁਛ ਨਹੀਂ ਕਹਿਣਾ, ਬਹੁਣਾ ਹੀ ਸੀਗਾ ਵਲੋਗ ਦੇ ਵਿੱਚ, ਓਕੇ। ਲਓ ਜੀ ਮਿੱਤਰੋ, ਅਤੇ ਯੂਥ ਉੱਤੇ ਆਪਣਾ ਇਹਨੂੰ ਕੀ ਕਹਿੰਦੇ ਆ ਜੀ, ਇਹਨੂੰ ਹੁਣ ਆਰੋਪੀ ਬਣ ਗਈ ਆਪਣੀ, ਆਰੋਪੀ ਤਾਂ ਬਣ ਗਈ, ਮਤਲਬ ਜਿਹੜਾ ਪੇਂਟ ਮਾਰਿਆ ਉਹਨੂੰ ਕੀ ਕਹਿੰਦੇ ਆ? ਪੇਸਰ, ਪੇਂਟ ਆਪਣਾ ਉਹ ਪਿਆ, ਪੇਂਟ ਕਰਦੇ ਹਾਂ ਉਹ 'ਚ ਹਾਰਡਨਰ ਸੋਫਟਨਰ ਪਾ ਕੇ, ਅਤੇ ਕਿਹੜਾ ਫਿਰ ਮਾਰ ਦਈਏ ਪੇਂਟ, ਫਿਰ ਫਿੱਟ ਕਰ ਦਈਏ। ਅੱਜ ਟਰਬੋ ਦਾ ਫਿੱਟ ਹੋ ਗਈ, ਟਰਬੋ ਦਾ ਇੱਕ ਪੈਪ ਰਹਿ ਗਿਆ ਆਪਣਾ, ਹਵਾ ਵਾਲਾ ਸਾਹ ਵਾਲਾ ਇੱਕ ਆਹ ਪੈਪ ਆਹ ਫਿੱਟ ਕਰਨਾ, ਇਹਦੇ ਕਹਿੰਦੇ ਜਿਹੜੇ ਪਿੱਛੇ ਹੁੰਦਾ ਗਾ ਇੱਕ ਉਹ ਪਿੱਛੇ ਹੈਗਾ, ਉਹ ਨਾ ਪੈਪ ਸਾਨੂੰ ਮਿਲਿਆ ਨਹੀਂ, ਇੱਕ ਮਿੰਟ ਤੁਹਾਨੂੰ ਪਿੱਛੋਂ ਹੁਣ ਆਹ ਵਾਲਾ ਪੈਪ ਹੈਗਾ ਜਿਹੜਾ ਪਿੱਛੇ, ਆਹ ਵਾਲਾ ਪੈਪ ਲਾ ਲਾਉਂਦਾ, ਕਾਲਾ ਪੈਪ ਇਹਦੇ 'ਚ ਆਹ ਵਾਲਾ ਲੱਗਣਾ ਗਾ, ਠੀਕ ਆ। ਇਹ ਫਿੱਟ ਨਹੀਂ ਹੋ ਰਿਹਾ ਸੀਗਾ, ਅਤੇ ਉਹਦਾ ਵੀ ਜਗਾੜ ਕਰਨਾ ਪੈਣਾ, ਬਾਕੀ ਤਾਂ ਓਕੇ ਰਿਪੋਰਟ ਆ। ਇਹਦੇ ਮੂਹਰੇ ਵਾਲੀ ਪੱਤੀ ਬਣਾਉਣੀ ਪੈਣੀ ਹੈ ਨਾ, ਉਹਦੇ 'ਚ ਆਪਣਾ ਜਿਹੜਾ ਸਲੰਸਰ ਵਾਲਾ ਜਗਾੜ ਨਿਕਲਣਾ ਗਾ, ਅਤੇ ਉਹ ਕਰਨਾ ਪੈਣਾ ਨਾ ਸਾਰਾ। ਮਿੰਟ ਆਹ ਦੇਖੋ ਜੀ, ਇੱਧਰ ਆਪਣੀ ਯੂ ਪੈਂਟ ਹੋ ਰਹੀ ਹੈ, ਹੋਣ ਲੱਗੀ ਆ। ਅਤੇ ਬਾਕੀ ਕਹਿੰਦੇ ਨਿੰਦੀ ਬਾਈ ਜੀ ਨੇ ਬਹੁਤ ਸਮਿਆਂ ਬਾਅਦ ਕਹਿੰਦੇ ਅੱਜ ਯੂ ਨੂੰ ਤਿਆਰ ਕਰ ਦਿੱਤਾ ਹੋਇਆ ਜੀ, ਤਿਆਰ ਹੋ ਰਿਹਾ ਸਾਨੂੰ ਪੂਰਾ ਐਂਡ ਕੋਕਾ ਫੀਲ ਹੋ ਰਿਹਾ ਹੈਗਾ। ਬਾਕੀ ਉੱਧਰ ਮਸ਼ੀਨ ਚੱਲ ਰਹੀ ਹੈ ਸਾਡੀ, ਆਵਾਜ਼ ਘੱਟ ਆ ਰਹੀ ਹੋਈ, ਕੰਪਰੋਮਾਈਜ਼ ਕਰ ਲਿਓ, ਠੀਕ ਆ, ਅਤੇ ਨੇੜੇ ਕਰ ਲੈਂਦੇ ਆਪਾਂ ਕੈਮਰਾ। ਓਕੇ ਰਿਪੋਰਟ, ਆਪਣੇ ਮਗਰਾੜ ਵੀ ਕਸੇ ਆਣੇ ਆ, ਸਾਰਾ ਕੁਝ ਫਿੱਟ ਹੋ ਜਾਣਾ, ਯੂ ਵੀ ਕਸੀ ਆਣੀ ਆ, ਜਿਹੜਾ ਖਾਲੀ ਖਾਲੀ ਲੱਗਿਆ ਉਹ ਭਰ ਜਾਣਾ ਵਾ। ਹਾਂ ਹਾਂ, ਹੋਰ ਕੁਛ? ਹੋਰ ਵਧੀਆ, ਲੈਣ ਲੱਗੀ ਵੀ ਰੈਟਰਾਂ ਹੀ ਦਿਖਾ ਦੇ। ਹਾਂ ਹਾਂ, ਇੱਕ ਤਾਂ
ਅੱਜ ਦਾ 60 ਕੜਾ ਗਾ ਫਾਰਮ ਟਰੈਕ ਮੇਰੇ ਵੀਡੀਓ ਤੇ ਇਹਦਾ ਬੰਪਰ ਲੱਗਣਾ ਗਾ ਉਸ ਦੇ ਹਾਰਨ ਉਤੇ ਫਿੱਟ ਕਰੇ ਹੋਏ ਮੂਰੇ ਤੇ ਆਈਡੀ i20 ਗੱਡੀ ਆ ਇਹਦਾ ਵੀ ਆਪਾਂ ਤੁਹਾਨੂੰ ਬੰਪਰ ਲੰਬਾ ਲਵਾ ਕੇ ਦਿਖਾਵਾਂਗੇ ਮੂਰੇ 30 ਫੁੱਟ ਲੰਬਾ 30 ਫੁੱਟ ਲੰਬਾ ਹੈ ਹਾਂ ਦੇਖੀ ਗੱਲਾਂ ਕਹੇ ਜੀ ਮਗਰ ਵੀ ਆਪਾਂ ਪੇਂਟ ਡਨ ਹੋ ਚੁੱਕਿਆ ਤੇ ਹੁਣ ਯੂ ਨੂੰ ਫਿੱਟ ਕਰਨ ਲੱਗੇ ਸੀਗੇ ਦੇਖੋ ਤੁਸੀਂ ਟੈਂਕੀ ਖੋਲ ਕੇ ਉਹ ਰੱਖਤੀ ਸਾਈਡ ਤੇ ਕਿਉਂਕਿ ਪਹਿਲਾਂ ਯੂ ਫਿੱਟ ਕਰਾਂਗੇ ਦੇਖੋ ਇਦਾਂ ਤਾਂ ਮੈਂ ਆ ਗਿਆ ਤੁਹਾਡੀ ਯੂ ਰੱਖੀ ਗਈ ਉਹ ਦੂਜਾ ਵੱਡੇ ਵੱਡੇ ਖੱਬੀ ਖਾਨ ਯੂ ਰੱਖਣ ਲੱਗੇ ਦੇਖੀ ਦੇਖੀ ਵੱਡੇ ਵੱਡੇ ਕਹਿੰਦਾ ਖੱਬੀ ਖਾਨ ਸੱਜਦੇ ਤੁਸੀਂ ਤੇ ਬਾਕੀ ਕਰੋ ਚੈੱਕ ਚੱਕੋ ਵੀ ਮਿੱਤਰੋ ਤੇ ਮਿਸਤਰੀ ਜੀ ਇਹਦੇ ਚ ਆਪਣੀ ਟੈਂਕੀ ਕਸੀ ਜਾਣੀ ਹੈ ਨਾ ਐਤ ਕੀ ਆਪਾਂ ਜਗਾੜ ਇਹ ਚੀਜ਼ ਕਰਤਾ ਆਪਾਂ ਮਗਰਾੜ ਦੇ ਨਾਲ ਨਹੀਂ ਕੀਤਾ ਮਗਰਾੜਾ ਤੋਂ ਉਹ ਜੇ ਐ ਲੱਗਿਆ ਹੋਵੇ ਬਸ ਟੈਂਕੀ ਲੱਗੀ ਹੋਵੇ ਕਿੰਨਾ ਘੰਟ ਲੱਗੂ ਨਾ ਸਿਸਟਮ ਲੱਗਿਆ ਹੋਵੇ ਬਸ ਲਓ ਜੀ ਅਸੀਂ ਅੱਧੀ ਰਾਤ ਨੂੰ ਟਾਇਰ ਲੈਣ ਆ ਗਏ ਸੀ ਜਹਾਜ਼ੀ ਟਾਇਰ ਧਰਤੇ ਆਹ ਵੇਸਟ ਟਿਊਬ ਵੀ ਰੱਖਤੀ ਤੇ ਅਸੀਂ ਜਗਾੜ ਲਾਇਆ ਦੇਖੋ ਖੜ ਜੇ ਤੁਹਾਨੂੰ ਦਿਖਾਉਂਦੇ ਆ ਜਿਹੜੀ ਇਹਦੀ ਸਟਿੱਪਣੀ ਹੁੰਦੀ ਹੈ ਨਾ ਸਟਿੱਪਣੀ ਉਹ ਕੱਢਤੀ ਸਟਿੱਪਣੀ ਆਪਾਂ ਉਹ ਮੂਹਰੇ ਰੱਖਤੀ ਵੇਸਟ ਟਿਊਬ ਆਊਗੀ ਵੀਰੇ ਤੇ ਉੱਤੋਂ ਨਹੀਂ ਆਉਣੀ ਸੀ ਸੈੱਟ ਕਰਦੇ ਹਾਂ ਤੇ ਉਹ ਦੇਖੋ ਤੁਸੀਂ ਸਟਿੱਪਣੀ ਉੱਥੇ ਰੱਖਤੀ ਉਹਦੀ ਜਗ੍ਹਾ 'ਤੇ ਟਾਇਰ ਆ ਗਿਆ ਸਾਡਾ ਫਿੱਟ ਪੂਰਾ ਵਧੀਆ ਠੀਕ ਆ ਹੁਣ ਧਰ ਦੇ ਤੇ ਗੱਡੀ ਫਿਰ ਆਪਾਂ ਅੰਦਰ ਲਾ ਦਿੰਦੇ ਹਾਂ ਸੁਬਾਹ ਲੈ ਜਾਵਾਂਗੇ ਤੇ ਬਾਕੀ ਹਨਾ ਸਮਾਨ ਰਖਾ ਤਾ ਬਾਈ ਹੁਣੀ ਮੁੜ ਜਾਣਗੇ ਆਪਦੀ ਗੱਡੀ 'ਚ ਹੈ ਨਾ ਬਾਈ ਓਕੇ ਬਰੋ ਬਾਈ ਹੁਣੀ ਛੱਡਣ ਆਏ ਦੇਖ ਲਓ ਤੇ ਚਲੋ ਓਕੇ ਰਿਪੋਰਟ ਮਿਲਦੇ ਹਾਂ ਅੱਗੇ ਦੇਖ ਕੇ ਲਈ ਹੌਲੀ ਹੌਲੀ ਟਾਕੀ ਸਹੀ ਆ ਓਕੇ ਸਹੀ ਆ ਲਓ ਜੀ ਅੱਜ ਦਾ ਵਲੋਗ ਆਪਾਂ ਪੂਰੀ ਖਤਮ ਕਰਦੇ ਹਾਂ ਉਮੀਦ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ ਤੇ ਮਿਲਦੇ ਹਾਂ ਜੀ ਅਗਲੇ ਵਲੋਗ ਦੇ ਵਿੱਚ ਤੇ ਪੂਰੀ ਸਪੋਰਟ ਕਰਿਓ ਲਾਈਕ ਕਰਿਓ ਜੀ ਨਾ ਤੇ ਬਾਕੀ ਕਮੈਂਟ ਵੀ ਕਰ ਦਿਓ ਓਕੇ ਬਾਏ।